ਦਿਲਾਂ 'ਚ ਤਾਂ ਉਹ ਪਹਿਲਾਂ ਵੀ ਸੀਗਾ, ਪਰ ਫਿਰ ਸਰੀਰਕ ਤੌਰ 'ਤੇ ਵੀ ਆਪਣੇ ਉਹ ਵਿੱਚ ਆ ਚੁੱਕਿਆ। ਸਪੈਸ਼ਲੀ ਆਏ ਹਾਂ, ਕੱਲ੍ਹ ਪਤਾ ਲੱਗਿਆ ਸੀ ਅਤੇ ਰਾਤ ਨੂੰ ਇੱਥੇ ਆਏ ਰਿਸ਼ਤੇਦਾਰੀ ਦੇ ਵਿੱਚ, ਹੈ ਨਾ, ਰੁਕੇ ਅਤੇ ਸਵੇਰੇ ਫਿਰ 6 ਵਜੇ ਦੇ ਤੁਰੇ ਵੇ ਬਈ ਪਹੁੰਚੇ ਹੈਗੇ। ਬਹੁਤ ਹੀ ਜ਼ਿਆਦਾ ਖੁਸ਼ੀ ਆ। ਨੈੱਟ 'ਤੇ ਬਥੇਰੇ ਗੰਦ ਪਾਈ ਜਾਂਦੇ ਨੇ, ਨੂੰਹ ਅਤੇ ਸਹੁਰੇ ਦੀਆਂ ਵੀਡੀਓ ਬਣਾਈ ਜਾਂਦੇ ਨੇ, ਕਹਿੰਦੇ ਉਂਝ ਹੀ ਅਸੀਂ ਕਰਦੇ ਹਾਂ ਗਾਈਡ ਪੰਜਾਬ ਨੂੰ, ਚੰਗੀ ਗੱਲ ਵੱਲ ਕਦੇ ਗੌਰ ਨਹੀਂ ਕਰੀ। ਖੂਨ ਦੀ ਜਗ੍ਹਾ 'ਤੇ ਹੁਣ ਦਾਰੂ ਦੌੜਦੀ, ਚੰਗੀ ਗੱਲ ਕਿਸੇ ਨਾ ਬੰਦੇ ਨੂੰ ਔੜਦੀ, ਅੱਗੇ ਪੰਜਾਬ ਦਾ ਭਵਿੱਖ ਕੀ ਹੋਊ, ਸਮਝ ਨਾ ਆਵੇ ਮੈਨੂੰ ਚੱਲੇ ਦੌੜਦੀ। ਬਹੁਤ ਜ਼ਿਆਦਾ ਖੁਸ਼ੀ ਹੈ ਜੀ। ਸਮਰਾਲੇ ਤੋਂ ਆਏ ਹਾਂ, ਲੁਧਿਆਣਾ ਜ਼ਿਲ੍ਹਾ। ਕੱਲ੍ਹ ਦੇ ਤੁਰੇ ਹੋਏ ਹਾਂ, ਰਸਤੇ 'ਚ ਰਾਤ ਕੱਟੀ ਆ, ਹੁਣ ਸੁਬਹਾ ਸੁਬਹਾ ਉਰੇ ਆਏ ਹਾਂ ਸਵੇਰ ਦੇ 6 ਵਜੇ। ਸਤਾਰਾਂ ਮਾਰਚ ਨੂੰ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ, ਜਿਸ ਤੋਂ ਬਾਅਦ ਹਰ ਪਾਸੇ ਖੁਸ਼ੀ ਦਾ ਮਾਹੌਲ ਦੇਖਿਆ ਗਿਆ। ਖਾਸ ਤੌਰ ਤੇ ਮੂਸਾ ਪਿੰਡ ਜਿੱਥੇ ਸਿੱਧੂ ਮੂਸੇਵਾਲਾ ਦੀ ਹਵੇਲੀ ਹੈ, ਉਸ ਹਵੇਲੀ 'ਚ ਸਵੇਰੇ ਹੋਲੀ ਤੇ ਰਾਤ ਨੂੰ ਦੀਵਾਲੀ ਮਨਾਈ ਗਈ। ਵਿਆਹ ਵਰਗਾ, ਜਸ਼ਨ ਵਰਗਾ ਮਾਹੌਲ ਦੇਖਿਆ ਗਿਆ। ਪਰ ਇਸ ਵਕਤ ਅਸੀਂ ਸਿੱਧੂ ਮੂਸੇਵਾਲਾ ਦੀ ਸਮਾਧ ਤੇ ਮੌਜੂਦ ਹਾਂ, ਜਿੱਥੇ ਅਗਲੇ ਦਿਨ ਜੋ ਸਵੇਰ ਚੜੀ ਹੈ ਤੇ ਚੜ੍ਹਦੀ ਸਵੇਰ ਜਿਹੜੇ ਫੈਨਸ ਨੇ ਉਹ ਦੂਰੋਂ ਦੂਰੋਂ ਪਹੁੰਚਣਾ ਸ਼ੁਰੂ ਹੋ ਗਏ ਨੇ। ਤਸਵੀਰ ਦਿਖਾ ਦਿੰਦੇ ਹਾਂ, ਫੈਨਸ ਜਿਹੜੇ ਨੇ ਸਿੱਧੂ ਮੂਸੇਵਾਲਾ ਦਾ ਜਿੱਥੇ ਬੁੱਤ ਸਥਾਪਿਤ ਕੀਤਾ ਹੋਇਆ ਉਸ ਥਾਂ ਤੇ ਜਿਹੜੇ ਫੈਨ ਨੇ ਦੂਰ ਦੁਰਾਡੇ ਤੋਂ ਪਹੁੰਚਣਾ ਸ਼ੁਰੂ ਹੋ ਗਏ ਨੇ। ਇੱਥੇ ਫਿਰ ਜੋ ਸੈਲਫੀਆਂ ਦਾ ਤਸਵੀਰਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ, ਕਿਉਂਕਿ ਇੱਕ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਖੁਸ਼ੀ ਦਾ ਦਿਨ ਵੀ ਰਿਹਾ 17 ਮਾਰਚ, ਤਾਂ ਅੱਜ 18 ਮਾਰਚ ਨੂੰ ਫਿਰ ਪ੍ਰਸ਼ੰਸਕ ਜਿਹੜੇ ਨੇ ਵੱਖ ਵੱਖ ਥਾਵਾਂ ਤੋਂ ਵੱਖ ਵੱਖ ਸ਼ਹਿਰਾਂ ਤੋਂ ਪਹੁੰਚਣੇ ਸ਼ੁਰੂ ਹੋ ਗਏ ਨੇ। ਤੇ ਇੱਥੇ ਨੌਜਵਾਨ ਵੀ ਖੜੇ ਨੇ, ਗੱਲਬਾਤ ਕਰਦੇ ਉਹਨਾਂ ਦੇ ਨਾਲ। ਕੀ ਨਾਮ ਹੈ ਤੁਹਾਡਾ, ਕਿੱਥੋਂ ਆਏ ਹੋ? ਅਸੀਂ ਭਗਤੇ ਤੋਂ ਆਏ ਵੀਰੇ, ਨਾਮ ਮੇਰਾ ਆਕਾਸ਼ ਆ ਤੇ ਸਾਨੂੰ ਬਹੁਤ ਖੁਸ਼ੀ ਹੈ ਵੀਰੇ ਇੱਥੇ ਆ ਕੇ ਤੇ ਬਾਕੀ ਵੀਰੇ। ਜੀ, ਤੁਹਾਡਾ ਕੀ ਨਾਮ ਹੈ, ਕਿੱਥੋਂ ਆਏ? ਮਰਤਾ ਜੀ, ਭਗਤੇ ਤੋਂ ਆਏ ਆ ਜੀ। ਕਿੰਨੀ ਕੁ ਖੁਸ਼ੀ ਹੈ ਸਿੱਧੂ ਮੂਸੇਵਾਲਾ ਦਾ ਛੋਟੇ ਵੀਰ ਦਾ ਜਨਮ ਹੋਇਆ? ਬਹੁਤ ਹੀ ਜ਼ਿਆਦਾ ਖੁਸ਼ੀ ਹੈ ਜੀ। ਇਦੋਂ ਬਾਅਦ 'ਚ ਜਿਹੜਾ ਕੁਛ ਵੀ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਹੈ ਨਾ, ਬਹੁਤ ਹੀ ਦੁੱਖ ਵਾਲੀ ਘੜੀ ਸੀਗੀ ਤੇ ਹੁਣ ਦੁਬਾਰੇ ਫਿਰ ਖੁਸ਼ੀ ਵਾਲਾ ਟਾਈਮ ਆਇਆ ਬਈ। ਸਪੈਸ਼ਲੀ ਆਏ ਹਾਂ, ਕੱਲ੍ਹ ਪਤਾ ਲੱਗਿਆ ਸੀ ਅਤੇ ਰਾਤ ਨੂੰ ਇੱਥੇ ਆਏ ਰਿਸ਼ਤੇਦਾਰੀ ਦੇ ਵਿੱਚ, ਹੈ ਨਾ, ਰੁਕੇ ਅਤੇ ਸਵੇਰੇ ਫਿਰ 6 ਵਜੇ ਦੇ ਤੁਰੇ ਵੇ ਬਈ ਪਹੁੰਚੇ ਹੈਗੇ। ਬਹੁਤ ਹੀ ਜ਼ਿਆਦਾ ਖੁਸ਼ੀ ਆ। ਹਜੇ ਹਵੇਲੀ ਦੇ ਵਿੱਚ ਪਹੁੰਚਣਾ ਨਾ ਬੇਬੇ ਬਾਪੂ, ਹਜੇ ਪਹੁੰਚੇ ਆਪਣੇ ਅਤੇ ਕੇਰਾਂ ਇੱਧਰ ਬਸ ਦਰਸ਼ਨ ਹੀ ਕਰਨ ਆਏ ਹਾਂ ਬਾਈ ਦੇ। ਬਹੁਤ ਹੀ ਜ਼ਿਆਦਾ ਬਈ ਖੁਸ਼ੀ ਆ, ਹੈ ਨਾ, ਇਜ਼ਹਾਰ ਨਹੀਂ ਕਰ ਸਕਦੇ, ਬਹੁਤ ਹੀ ਜ਼ਿਆਦਾ ਖੁਸ਼ੀ ਆ ਬਈ। ਲੱਗਦਾ ਕਿ ਉਹ ਜਿਹੜਾ ਭਾਰ ਸੀ ਮਨ ਦੇ ਵਿੱਚ ਉਹ ਕਿਤੇ ਨਾ ਕਿਤੇ ਹਲਕਾ ਹੋਇਆ ਛੋਟੇ ਸ਼ੁਭ ਦੇ ਆਉਣ ਕਰਕੇ? ਹਾਂਜੀ, ਬਿਲਕੁਲ ਬਿਲਕੁਲ, ਦੁੱਖ ਬਹੁਤ ਜ਼ਿਆਦਾ ਸੀਗਾ ਜੀ ਦਿਲ ਦੇ ਉੱਤੇ, ਹੈ ਨਾ, ਅਤੇ ਹੁਣ ਇੱਥੇ ਆਉਣ ਦੇ ਨਾਲ ਮਨ ਹਲਕਾ ਹੋਇਆ, ਹੈ ਨਾ, ਅਤੇ ਬਹੁਤ ਹੀ ਜ਼ਿਆਦਾ ਖੁਸ਼ੀ ਆ। ਜਿੰਨੇ ਵੀ ਆਪਣੇ ਭਰਾ, ਹੈ ਨਾ, ਮੂਸੇ ਵਾਲੇ ਨੂੰ ਬਈ ਪਿਆਰ ਕਰਦੇ ਆ, ਸਾਰਿਆਂ ਨੂੰ ਬਈ ਲੱਖ ਲੱਖ ਵਧਾਈਆਂ, ਹੈ ਨਾ, ਅਤੇ ਸਾਰੇ ਜਣੇ ਆਓ ਜ਼ਰੂਰ, ਹੈ ਨਾ। ਫਿਰ ਦੁਬਾਰਾ ਉਹ ਸਮਾਂ ਆ ਗਿਆ, ਹੈ ਨਾ, ਜਦੋਂ ਤੁਹਾਨੂੰ ਮੂਸੇ ਵਾਲੇ ਦੇ ਸੌਂਗ ਸੁਣਨ ਨੂੰ ਮਿਲਣਗੇ, ਹੈ ਨਾ। ਦਿਲਾਂ 'ਚ ਤਾਂ ਉਹ ਪਹਿਲਾਂ ਵੀ ਸੀਗਾ, ਪਰ ਫਿਰ ਸਰੀਰਕ ਤੌਰ 'ਤੇ ਵੀ ਆਪਣੇ ਉਹ ਵਿੱਚ ਆ ਚੁੱਕਿਆ, ਅਤੇ ਬਹੁਤ ਹੀ ਸਾਰਿਆਂ ਨੂੰ ਬਈ ਲੱਖ ਲੱਖ ਵਧਾਈਆਂ ਮੇਰਾ ਭਰਾ। ਇਹ ਮੈਂ ਦੇਖ ਰਿਹਾ, ਤੁਸੀਂ ਇਹ ਤਸਵੀਰ ਲੈ ਕੇ ਉਹ ਕੋਈ, ਤੁਸੀਂ ਮੈਂ ਦੇਖਣਾ ਚਾਹਾਂਗਾ। ਇਹ ਆਪਣੇ ਭਰਾ ਦੀ ਤਸਵੀਰ ਆ ਜੀ, ਸਿੱਧੂ ਦੀ, ਅਤੇ ਇਹ ਆਪਣਾ ਸੈਲੂਨ ਆ ਜੀ, ਜੀ ਕਲਾਸ, ਆਪਾਂ ਉੱਥੇ ਲਾਉਣੀ ਹੈਗੀ ਸਪੈਸ਼ਲੀ, ਮੈਂ ਲੈ ਕੇ ਚੱਲਿਆ। ਅੱਛਾ, ਆਪਣੀ ਸ਼ੌਪ ਤੇ ਲਗਾਓਗੇ ਇਸ ਨੂੰ? ਬਿਲਕੁਲ, ਆਪਣੇ ਮੈਂ ਆਫਿਸ ਦੇ ਵਿੱਚ ਇਹਨੂੰ ਲਾਉਂਗਾ, ਸੈਲੂਨ ਦੇ ਵਿੱਚ, ਤੇ ਹੈ ਤਾਂ ਵੈਸੇ ਭਾਵੇਂ ਆਪਣਾ ਕੰਮ ਆਣਾ ਜਿੱਦਾਂ ਦਾ ਮਰਜ਼ੀ ਆ, ਪਰ ਜਿਹੜਾ ਇਹਦੇ ਨਾਲ ਪਿਆਰ ਆ ਉਹ ਆਪਣਾ ਇਹਦੇ ਨਾਲ ਹੀ ਆ, ਹੈ ਨਾ, ਤੇ ਉਹ ਆਪਾਂ ਵੰਡ ਨਹੀਂ ਸਕਦੇ, ਇਹਦੇ ਨਾਲ ਹੀ ਆਪਣਾ ਉਹ ਪਿਆਰ।
ਲਿਖਿਆ ਵੀ ਹੈ ਇੱਥੇ, ਲਾਈਨਾਂ ਲਿਖੀਆਂ ਹੋਈਆਂ ਨੇ, ਤਾਂ ਇੱਥੋਂ ਖਰੀਦੀ ਆ ਮੂਸਾ ਪਿੰਡ? ਹਾਂਜੀ ਹਾਂਜੀ ਬਿਲਕੁਲ ਇੱਥੋਂ ਹੀ ਖਰੀਦੀ ਹੈ ਜੀ, ਹੁਣ ਘਰੇ ਜਾਵਾਂਗੇ, ਬੇਬੇ ਬਾਪੂ ਨੂੰ ਵੀ ਦਿਖਾਵਾਂਗੇ ਜਾ ਕੇ ਆਪਦੇ ਵੀ, ਹਨਾ ਵੀ ਅਸੀਂ ਮੂਸੇ ਜਾ ਕੇ ਆਏ ਹਾਂ, ਸਾਨੂੰ ਬਹੁਤ ਹੀ ਖੁਸ਼ੀ ਆ। ਮਾਂ ਪਿਓ ਨੇ ਵੀ ਬਈ ਬੜੀ ਖੁਸ਼ੀ ਦੇ ਨਾਲ ਭੇਜਿਆ, ਉਹਨਾਂ ਨੂੰ ਵੀ ਪਤਾ ਵੀ ਇਹ ਸਿੱਧੇ ਜਗ੍ਹਾ ਤੇ ਜਾ ਰਹੇ ਆ, ਹਨਾ ਵੀ ਮੂਸੇ ਪਿੰਡ ਜਾ ਰਹੇ ਆ, ਬਹੁਤ ਹੀ ਖੁਸ਼ੀ ਆ। ਤੇ ਘਰਦੇ ਵੀ ਖੁਸ਼ ਹੋ ਕੇ ਭੇਜਦੇ ਆ, ਵੀ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਦੁਖੀ ਹੋ ਕੇ ਭੇਜਣਗੇ, ਹਨਾ ਉਹ ਵੀ ਕਹਿੰਦੇ ਆ ਵੀ ਹਾਂ ਪੁੱਤ ਤੁਸੀਂ ਜਾਓ ਉਹਦੀ ਜਗ੍ਹਾ ਤੇ ਜਾ ਕੇ ਆਓ ਇੱਕ ਵਾਰੀ ਜ਼ਰੂਰ। ਮਾਪੇ ਵੀ ਜ਼ੋਰ ਪਾਉਂਦੇ ਨੇ ਤੁਹਾਡੇ ਤੇ, ਹਾਂ ਤੇ ਹੁਣ ਘਰੇ ਵੀ ਖੁਸ਼ੀ ਦਾ ਮਾਹੌਲ ਹੈ ਤੁਹਾਡੇ? ਬਿਲਕੁਲ ਬਿਲਕੁਲ, ਆਪਣੇ ਸ਼ੌਪ ਤੇ ਵੀ ਸੌਂਗ ਚੱਲ ਰਹੇ ਆ ਵਾ, ਜਦੋਂ ਦੇ ਪਹਿਲਾਂ ਵੀ ਚੱਲਦੇ ਹੁੰਦੇ ਸੀ ਹੁਣ ਵੀ ਚੱਲੀ ਜਾਂਦੇ ਆ, ਹੁਣ ਥੋੜੇ ਜ਼ਿਆਦਾ ਖੁਸ਼ੀ ਆ ਤਾਂ ਜ਼ਿਆਦਾ ਮਾਹੌਲ ਵਧੀਆ ਬਣਿਆ ਹੋਇਆ। ਕੱਲ ਤੋਂ ਇੱਥੇ ਕਵਰ ਕਰ ਰਹੇ ਹੋ, ਛੋਟੇ ਛੋਟੇ ਬੱਚਿਆਂ ਨੇ ਆ ਕੇ ਬਹੁਤ ਪੱਟਾਂ ਤੇ ਥਾਪੀਆਂ ਮਾਰੀਆਂ। ਸਿੱਧੂ ਮੂਸੇਵਾਲਾ ਵੀ ਕਹਿੰਦਾ ਹੁੰਦਾ ਸੀ ਜਿਹਦੇ 'ਚ ਜ਼ੋਰ ਹੋਵੇ ਉਹ ਹੀ ਪੜਤੇ ਥਾਪੀ ਮਾਰ ਸਕਦਾ। ਮੈਂ ਚਾਹੁੰਦਾ ਕਿ ਤੁਸੀਂ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਜਾਂ ਪੜਤੇ ਥਾਪੀ ਮਾਰੋ ਜਾਂ ਕੋਈ ਗੀਤ ਗੁਣਗੁਣਾ ਦਿਓ। ਬਿਲਕੁਲ ਜੀ, ਗੀਤਾਂ ਹਜੇ ਕਰਾਂਗੇ ਜ਼ਰੂਰ, ਬਾਈ ਦੇ ਫੈਨ ਆਗੇ, ਹਨਾ ਗਾਉਣ ਦਾ ਸ਼ੌਂਕ ਵੀ ਹੈਗਾ ਪਰ ਹਜੇ ਦੁਨੀਆ ਦੇ ਸਾਹਮਣੇ ਨਹੀਂ ਆਉਣਾ, ਹਜੇ ਥੋੜਾ ਜਿਹਾ ਟਾਈਮ ਲੱਗੂ। ਗਾ ਦਿਓ ਸਿੱਧੂ ਮੂਸੇਵਾਲੇ ਦੇ ਗੀਤ ਗਾ ਦਿਓ ਤੇ ਗੀਤਾਂ ਸੁਣਾ ਦਿਆਂਗੇ, ਤੁਹਾਨੂੰ ਕੋਈ ਦਿੱਕਤ ਨਹੀਂ। ਆਪਾਂ ਤੁਹਾਨੂੰ ਇੱਕ ਛੋਟਾ ਜਿਹਾ ਰੈਪ ਸੁਣਾ ਦਿੰਦੇ ਹਾਂ। ਕਹਿੰਦਾ ਕਹਿੰਦਾ ਹੋ ਪੜੇ ਲਿਖੇ ਬੱਚੇ ਵੀ ਗਵਾਰ ਨੇ ਬਣਾਤੇ, ਜਿਹਨੂੰ ਕਲਮ ਚਕਾਉਣੀ ਸੀਗੀ ਬੱਠਲੇ ਚਕਾਤੇ, ਬਾਹਰ ਐਜੂਕੇਟ ਬੰਦਾ ਕਰਦਾ ਏ ਮਜ਼ਦੂਰੀ, ਤੁਸੀਂ ਨੌਕਰੀ ਨਹੀਂ ਦਿੱਤੀ ਕੁਝ ਮਰ ਜਾਓ ਖਾ ਕੇ ਉਂਝ। ਨੈੱਟ ਤੇ ਬਥੇਰੇ ਗੰਦ ਪਾਈ ਜਾਂਦੇ ਨੇ, ਨੂੰਹ ਤੇ ਸਹੁਰੇ ਦੀਆਂ ਵੀਡੀਓ ਬਣਾਈ ਜਾਂਦੇ ਨੇ, ਕਹਿੰਦੇ ਉਂਝ ਅਸੀਂ ਕਰਦੇ ਹਾਂ ਗਾਈਡ ਪੰਜਾਬ ਨੂੰ, ਚੰਗੀ ਗੱਲ ਵੱਲ ਕਦੇ ਗੌਰ ਨਹੀਂ ਕਰੀ, ਖੂਨ ਦੀ ਜਗ੍ਹਾ ਤੇ ਹੁਣ ਦਾਰੂ ਦੌੜਦੀ, ਚੰਗੀ ਗੱਲ ਕਿਸੇ ਨਾ ਬੰਦੇ ਨੂੰ ਔੜਦੀ, ਅੱਗੇ ਪੰਜਾਬ ਦਾ ਭਵਿੱਖ ਕੀ ਹੋਊ ਸਮਝ ਨਾ ਆਵੇ ਮੈਨੂੰ ਚੱਲੇ ਦੌੜਦੀ ਹੋ। ਇਹ ਵੀਰੇ ਆਪਾਂ ਸੌਂਗ ਆਪ ਲਿਖਿਆ, 295 ਦੇ ਉੱਪਰ ਲਿਖਿਆ ਆਪਾਂ, ਤੇ ਬਹੁਤ ਹੀ ਘੈਂਟ ਸੌਂਗ ਆ, ਕੋਈ ਗੱਲ ਨੀ, ਤੁਹਾਨੂੰ ਸੁਣਨ ਨੂੰ ਸਾਰਿਆਂ ਨੂੰ ਮਿਲੂਗਾ, ਥੋੜਾ ਜਿਹਾ ਟਾਈਮ ਜ਼ਰੂਰ ਲੱਗੂਗਾ, ਸਾਰਿਆਂ ਨੂੰ ਸੁਣਨ ਨੂੰ ਮਿਲੂਗਾ। ਇਹ 295 ਆਪਾਂ 2 ਕਰ ਰਹੇ ਹਾਂ ਇਹਦਾ। ਹਾਂਜੀ, ਅੱਗੇ ਵੀ ਅਸੀਂ ਇਹ ਗੱਲਬਾਤ ਕਰਦੇ ਹਾਂ ਇਸੇ ਤਰ੍ਹਾਂ ਹੀ। ਕਿੱਥੋਂ ਆਏ ਹੋ ਤੇ ਕਿੰਨੀ ਕੁ ਖੁਸ਼ੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਸਮਰਾਲੇ ਤੋਂ ਆਏ ਹਾਂ, ਲੁਧਿਆਣਾ ਜ਼ਿਲ੍ਹਾ। ਕੱਲ੍ਹ ਦੇ ਤੁਰੇ ਹੋਏ ਹਾਂ, ਰਸਤੇ 'ਚ ਰਾਤ ਕੱਟੀ ਆ, ਹੁਣ ਸੁਬਹਾ ਸੁਬਹਾ ਤੁਰੇ ਆਏ ਹਾਂ, ਸਵੇਰ ਦੇ 6 ਵਜੇ ਤੇ। ਹਾਂਜੀ, ਕਿੰਨੀ ਕੁ ਖੁਸ਼ੀ ਹੈ ਤੁਹਾਨੂੰ, ਛੋਟਾ ਸ਼ੁਭ ਆਇਆ ਉਹਦਾ ਜਨਮ ਹੋਇਆ? ਹਾਂਜੀ, ਉਹਦਾ ਕੱਲ੍ਹ 17 ਦੀ ਜਨਮ ਹੋਇਆ, ਉਸੇ ਕਰਕੇ ਆਏ ਹਾਂ। ਹੁਣ ਤਾਂ ਕੱਦੇ ਚਾਹ ਮੰਤੀ ਬਾਟ ਬਹੁਤ ਦੂਰ ਤੀ, ਤਾਂ ਕਰਕੇ ਦੇਖਣੀ ਤੀ ਇਹ ਚੀਜ਼, ਦੇਖਣ ਆਏ ਹਾਂ ਜੀ। ਕਿੱਥੋਂ ਆਏ ਤੁਸੀਂ ਤੇ ਕੀ ਨਾਮ ਹੈ ਤੇ ਕਿੰਨੀ ਕੁ ਖੁਸ਼ੀ ਹੈ ਤੁਹਾਨੂੰ? ਸਮਰਾਲੇ ਤੋਂ ਆਇਆ ਜੀ, ਕਰਮ ਸਿੰਘ ਮੇਰਾ ਨਾਮ ਆ ਜੀ, ਤੇ ਕੱਲ੍ਹ ਦੇ ਰਹੇ ਜੀ ਦੋਨੋਂ ਇੱਕੋ ਪਿੰਡਾ ਸਾਡਾ। ਅੱਛਾ ਜੀ, ਹਾਂ ਬਹੁਤ ਵਧਾਈਆਂ ਸਿੱਧੂ ਮੂਸੇਵਾਲੇ ਦੇ ਡੈਡੀ ਦੀ ਮੰਮੀ ਨੂੰ। ਅੱਛਾ ਜੀ, ਹਾਂ ਬਹੁਤ ਸਾਨੂੰ ਮਨ ਬਹੁਤ ਖੁਸ਼ੀ ਹੋਇਆ ਵੀ ਦੁਬਾਰਾ ਜੀ ਮੂਸੇਵਾਲੀ ਆ ਗਿਆ। ਹਾਂ ਫੋਟੋ ਤੁਸੀਂ ਦੇਖੀ, ਉਹਨਾਂ ਨੇ ਗੋਦੀ ਚੁੱਕਿਆ ਹੋਇਆ, ਉਹ ਚਿਹਰਾ ਦੇਖਿਆ ਤੁਸੀਂ? ਕਹਿੰਦੇ ਉਹ ਸਿੱਧੂ ਮੂਸੇਵਾਲੇ ਨਾਲ ਜਦੋਂ ਉਹਦਾ ਜਨਮ ਹੋਇਆ ਸੀ ਉਸੇ ਤਰ੍ਹਾਂ ਹੀ ਪੂਰਾ ਮੇਲ ਖਾਂਦਾ ਹੈ, ਪੂਰੀ ਤਸਵੀਰ ਉਸੇ ਤਰ੍ਹਾਂ ਇਕੱਠੀਆਂ ਫੋਟੋਆਂ ਲੱਗੀਆਂ ਨੇ ਪਾਈਆਂ ਨੇ ਦੋਨਾਂ ਦੀਆਂ ਇਕੱਠੀਆਂ, ਵੱਡੇ ਦੀ ਛੋਟੇ ਦੋਨਾਂ ਦੀਆਂ। ਬਹੁਤ ਸਾਨੂੰ ਖੁਸ਼ੀ ਹੈ ਜੀ, ਤਾਂ ਹੀ ਅਸੀਂ ਕੱਲ੍ਹ ਦਾ ਹੀ ਤੁਰੇ ਹਾਂ, ਇੱਥੋਂ ਆਏ ਹਾਂ ਦੇਖਣ ਵਾਸਤੇ ਆ ਸਿੱਧੂ ਮੂਸੇਵਾਲੇ ਦੀ ਫੋਟੋ ਦੇਖੀ, ਸਾਰਾ ਕੁਝ ਦੇਖਿਆ, ਬਾਕੀ ਉਹਦੇ ਘਰੇ ਜਾਣਾ ਹਜੇ ਹਵੇਲੀ ਦੇਖਣੀ ਉਸੀ। ਉਹ ਵੀ ਦਿਨ ਸੀ ਜਦੋਂ ਸਿੱਧੂ ਮੂਸੇਵਾਲਾ ਵਿਛੋੜਾ ਦੇ ਗਏ, ਉਦੋਂ ਵੀ ਬਹੁਤ ਮਨ ਤੇ ਭਾਰ ਸੀ, ਬਹੁਤ ਦੁੱਖ ਝੇਲਿਆ ਪਰਿਵਾਰ ਨੇ ਵੀ, ਪਰ ਹੁਣ ਕਿਤੇ ਨਾ ਕਿਤੇ ਹੁਣ ਖੁਸ਼ੀਆਂ ਆਈਆਂ ਨੇ ਘਰ ਦੇ ਵਿੱਚ, ਤਾਂ ਕਿਵੇਂ ਦਾ ਤੁਸੀਂ ਮਹਿਸੂਸ ਕਰਦੇ ਹੋ? ਦੇਖੋ ਜੀ, ਜਿਹੜਾ ਮਾੜਾ ਟਾਈਮ ਵੀ ਨਾ ਗਿਆ, ਵਾਹਿਗੁਰੂ ਦੇ ਘਰ ਕਿਸੇ ਦਾ ਚੀਜ਼ ਦਾ ਘਾਟਾ ਨਹੀਂ ਗਾ, ਉਹਨੇ ਫਿਰ ਉਹ ਜਿਹਾ ਹੀ ਪਰਿਵਾਰ ਬਣਾ ਤਾ, ਉੱਡਾ ਹੀ ਪਰਿਵਾਰ ਦੇ ਤਾ, ਸਿੱਧੂ ਮੂਸੇਵਾਲੇ ਦੁਬਾਰ ਦੀ ਦੇ ਤਾ, ਸਾਰਾ ਕੁਛ ਉਹ ਜਿਹਾ ਹੀ ਹੋ ਗਿਆ ਕਿ ਨਹੀਂ। ਬਾਕੀ ਜਿਹੜਾ
ਉਹਦਾ ਵਿਛੋੜਾ ਤਾਂ ਉਹਦਾ ਮੁੜਕੇ ਆ ਨਹੀਂ ਸਕਦਾ, ਮੁੜਕੇ ਬੰਦਾ ਉਹ ਨਹੀਂ ਆ ਸਕਦਾ ਮੁੜਕੇ ਜਿਹੜਾ ਕੇਰਾ ਦੁਨੀਆਂ ਚਲੇ ਗਿਆ। ਬਾਕੀ ਪਰਿਵਾਰ ਉੱਡਾ ਹੀ ਹੋ ਗਿਆ, ਪਰਿਵਾਰ ਨੂੰ ਖੁਸ਼ੀਆਂ ਦੇ ਦਿੱਤੀਆਂ, ਫਿਰ ਵੀ ਸਿੱਧੂ ਸਿਹੜੇ ਸਮਝੋ ਆ ਗਿਆ ਘਰੇ। ਹਾਂ ਬਹੁਤ ਬਹੁਤ ਖੁਸ਼ੀ, ਸਾਨੂੰ ਵਧਾਈਆਂ ਮੰਮੀ ਡੈਡੀ ਨੂੰ। ਤੁਸੀਂ ਦੇਖੋ ਇੱਥੇ ਪ੍ਰਸ਼ੰਸਕ ਜਿਹੜੇ ਨੇ, ਚੜ੍ਹਦੀ ਸਵੇਰ ਹੋਈ ਹੈ ਮੂਸਾ ਪਿੰਡ ਦੀ, ਤਾਂ ਹਵੇਲੀ ਦੇ ਵਿੱਚ ਵੀ ਜਿਹੜੇ ਪ੍ਰਸ਼ੰਸਕ ਪਹੁੰਚ ਰਹੇ ਨੇ, ਤੇ ਉੱਥੇ ਜਿੱਥੇ ਸਿੱਧੂ ਮੂਸੇਵਾਲੇ ਦਾ ਬੁੱਤ ਸਥਾਪਿਤ ਕੀਤਾ ਹੋਇਆ ਉਸ ਥਾਂ ਤੇ ਵੀ ਪਹੁੰਚ ਰਹੇ ਨੇ। ਕੀ ਨਾਮ ਹੈ ਤੁਹਾਡਾ, ਕਿਹੜੇ ਸ਼ਹਿਰੋਂ ਆਏ? ਮੇਰਾ ਨਾਮ ਪਿਆਰਾ ਲਾਲ ਹੈ ਜੀ, ਅਸੀਂ ਸ੍ਰੀ ਮੁਕਤਸਰ ਸਾਹਿਬ ਤੋਂ ਆਏ ਜੀ। ਕਿੰਨੀ ਖੁਸ਼ੀ ਹੈ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਜਨਮ ਹੋਇਆ? ਖੁਸ਼ੀ ਬਹੁਤ ਜ਼ਿਆਦਾ ਹੈ ਜੀ, ਖੁਸ਼ੀ ਬਿਆਨ ਨਹੀਂ ਕਰ ਸਕਦੇ। ਪਰਮਾਤਮਾ ਨੇ ਬਹੁਤ ਨੇੜੇ ਹੋ ਕੇ ਸੁਣਿਆ ਜੀ, ਸਾਰੀ ਸੰਗਤ ਨੂੰ ਹੀ ਲੱਖ ਲੱਖ ਵਧਾਈਆਂ ਜੀ। ਸ਼ੁਭਦੀਪ ਦਾ ਨਿੱਕਾ ਵੀਰ ਸਾਰੇ ਪਰਿਵਾਰ ਨੂੰ ਮਤਲਬ ਬਹੁਤ ਖੁਸ਼ੀ ਹੈ ਜੀ। ਸਿੱਧੂ ਮੂਸੇਵਾਲੇ ਦੇ ਫੈਨ ਹੋ ਤੁਸੀਂ? ਫੈਨ ਤਾਂ ਹੀ ਸਵੇਰ ਸਵੇਰ ਨਹੀਂ ਦੂਰ ਆਏ ਜੀ। ਅੱਛਾ, ਸਵੇਰੇ ਤੜਕੇ ਕਿੰਨੇ ਵਜੇ ਚੱਲੇ ਕਰੋ? ਅਸੀਂ 6 ਵਜੇ ਚੱਲੇ ਜੀ। ਅੱਛਾ, 6 ਵਜੇ ਚੱਲੇ ਜੀ, ਤੇ ਇੱਥੇ ਹੁਣ ਤੁਸੀਂ ਪਹੁੰਚ ਗਏ? ਹਾਂਜੀ। ਇੱਥੇ ਚੰਗਾ ਲੱਗ ਰਿਹਾ ਕਿਉਂਕਿ ਖੁਸ਼ੀਆਂ ਆਈਆਂ ਨੇ, ਭਾਗਾਂ ਵਾਲਾ ਦਿਨ ਰਿਹਾ 17 ਮਾਰਚ, ਅੱਜ 18 ਮਾਰਚ ਹੈ। ਸਵੇਰੇ ਤੜਕੇ ਤੁਸੀਂ ਨਿਕਲੇ ਕਰੋ ਤੇ ਸਵੇਰੇ ਸਵੇਰੇ ਪਹੁੰਚੇ। ਹਾਂਜੀ, ਬਹੁਤ ਖੁਸ਼ੀ ਹੈ ਜੀ, ਇਸੇ ਲਈ ਆਏ ਹਾਂ। ਕੋਈ ਯਾਦ ਹੈ ਸਿੱਧੂ ਮੂਸੇਵਾਲੇ ਜਦੋਂ ਤੁਸੀਂ ਦੇਖਦੇ ਰਹੇ ਤਾਂ ਤੁਸੀਂ ਬਹੁਤ ਪ੍ਰਭਾਵਿਤ ਹੋਏ ਹੋਣੇ, ਤਾਂ ਹੀ ਤੁਸੀਂ ਉਹਦੇ ਫੈਨ ਬਣੇ ਹੋ ਸਿੱਧੂ ਮੂਸੇਵਾਲੇ ਦੇ? ਕੋਈ ਗੱਲ ਕਹਿਣਾ ਚਾਹੁੰਦੇ ਹੋ ਸਿੱਧੂ ਮੂਸੇਵਾਲਾ ਲਈ? ਗੱਲ ਜੀ ਬਸ ਬਹੁਤ ਖੁਸ਼ੀ ਹੈ ਜੀ। ਅੱਛਾ, ਖੁਸ਼ੀ ਇੰਨੀ ਹੈ ਨਾ, ਬਹੁਤ ਵਧੀਆ ਜੀ। ਹਾਂ, ਨਾਲ ਆਇਆ ਜੀ ਮੇਰੇ ਫਰੈਂਡ ਜੀ। ਅੱਛਾ, ਤੁਹਾਡਾ ਕੀ ਨਾਮ ਹੈ? ਜਸਵੀਰ ਸਿੰਘ ਜੀ। ਕਿੰਨੀ ਖੁਸ਼ੀ ਹੈ ਤੁਹਾਨੂੰ? ਸਾਨੂੰ ਬਹੁਤ ਖੁਸ਼ੀ ਹੈ ਜੀ, ਸ੍ਰੀ ਮੁਕਤਸਰ ਸਾਹਿਬ ਤੋਂ ਆਇਆ ਪਿੰਡ ਕੋਟਲੀ ਸੰਗਰਾਈ। ਸਾਨੂੰ ਬਹੁਤ ਬਹੁਤ ਖੁਸ਼ੀ ਹੈ ਜੀ, ਤਾਂ ਸਵੇਰ ਸਵੇਰ ਇੱਥੇ ਆਏ ਹਾਂ ਜੀ ਅਸੀਂ। ਹਾਂਜੀ, ਪਹਿਲਾਂ ਸਮਾਧ ਤੇ ਆਏ ਹਾਂ, ਫਿਰ ਅਸੀਂ ਕੋਠੀ ਆਉਣਾ ਜੀ। ਹਾਂਜੀ, ਬਹੁਤ ਪਿਆਰ ਕਰਦੇ ਸੀ ਅਸੀਂ, ਪੱਕੇ ਫੈਨ ਉਹਨਾਂ ਦੇ। ਤੇ ਹੁਣ ਛੋਟੇ ਸ਼ੁਭ ਦੇ ਵੀ ਫੈਨ ਹੋ ਗਏ ਪੂਰੇ? ਹਾਂ, ਪੱਕੇ ਫੈਨ ਆ ਜੀ। ਸੋ ਤੁਸੀਂ ਦੇਖੋ ਇਹ ਜਿਹੜੀਆਂ ਤਸਵੀਰਾਂ ਨੇ ਸਿੱਧੂ ਮੂਸੇਵਾਲਾ ਦਾ ਜਿੱਥੇ ਬੁੱਤ ਸਥਾਪਿਤ ਕੀਤਾ ਉਸ ਦੀਆਂ ਤਸਵੀਰਾਂ ਨੇ, ਤਾਂ ਜਿਹੜੇ ਪ੍ਰਸ਼ੰਸਕ ਨੇ ਉਹ ਸਵੇਰੇ ਸਵੇਰੇ ਤੜਕੇ ਹੀ ਆਪਣੇ ਘਰੋਂ ਨਿਕਲੇ ਨੇ ਤੇ ਸਵੇਰੇ ਹੀ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ। ਤਾਂ ਮਨ ਦੇ ਵਿੱਚ ਬਹੁਤ ਵੱਡੀ ਇੱਕ ਇੱਛਾ ਸੀ ਪ੍ਰਸ਼ੰਸਕਾਂ ਦੇ, ਖੁਸ਼ੀ ਸੀ ਕਿ ਜਦੋਂ ਉਹਨਾਂ ਨੇ ਇਹ ਤਸਵੀਰ ਦੇਖੀ ਕਿ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਰਾਂ ਨੇ ਤਸਵੀਰ ਜੋ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਛੋਟੇ ਸ਼ੁਭ ਨੂੰ ਗੋਦੀ ਵਿੱਚ ਚੁੱਕਿਆ ਸੀ, ਤਾਂ ਉਹਨਾਂ ਨੇ ਇਹ ਆਪਣੇ ਫੈਨਸ ਨੂੰ ਜਾਣਕਾਰੀ ਦਿੱਤੀ ਸ਼ੁਭ ਬਾਰੇ ਕਿ ਲੱਖਾਂ ਕਰੋੜਾਂ ਰੂਹਾਂ ਦੀ ਅਰਦਾਸਾਂ ਸਦਕਾ ਹੀ ਰੱਬ ਨੇ ਸਾਡੀ ਝੋਲੀ ਛੋਟਾ ਵੀਰ ਪਾਇਆ, ਤਾਂ ਛੋਟੇ ਸ਼ੁਭ ਵੀਰ ਦਾ ਜਨਮ ਹੋਇਆ ਹੈ। ਅਤੇ ਇਸ ਜਨਮ ਦੀ ਖੁਸ਼ੀ 'ਚ ਪ੍ਰਸ਼ੰਸਕ ਦੂਰੋਂ ਦੂਰੋਂ ਮੂਸਾ ਪਿੰਡ ਪਹੁੰਚ ਰਹੇ ਨੇ। ਲਗਾਤਾਰ ਜੁੜੇ ਰਹੋ ਤੁਸੀਂ ਪ੍ਰੋ ਪੰਜਾਬ ਟੀਵੀ ਦੇ ਨਾਲ।